ਲਓ ਜੀ, ਅੱਜ ਆਪਾਂ ਬੈੱਡ ਬਣਾਉਣ ਜਾ ਰਹੇ ਹਾਂ। ਛੋਟਾ ਜਿਹਾ ਪਾਇਆ ਵਰਕਿੰਗ, ਲਓ ਜੀ ਆਪਾਂ ਅੱਜ ਬੈੱਡ ਤਿਆਰ ਕਰਾਂਗੇ, ਜੋ ਕਿ ਦੋ ਹਿੱਸਿਆਂ ਵਿੱਚ ਫੋਲਡਿੰਗ ਕੀਤਾ ਜਾਊਗਾ। ਉਹ ਬੈਕ ਸਾਈਡ ਉਹਦੀਆਂ ਢੋਆ ਬਣਾਵਾਂਗੇ। ਉਹ ਆਪਾਂ ਪਹਿਲਾਂ ਦੋ ਹਿੱਸਿਆਂ ਵਿੱਚ ਤਿਆਰ ਕਰ ਲਿਆ ਉਹਨੂੰ। ਚਲੋ ਜੀ ਲਾ ਦਿਓ ਸੈਂਟਰ ਸਪੋਰਟ, ਠੀਕ ਹੈ ਜੀ ਲੱਗ ਗਿਆ। ਇਹ ਹੁਣ ਆਪਾਂ ਬੈੱਡ ਦੇ ਵਿੱਚ ਪਾਈਪ ਲਾਉਣ ਜਾ ਰਹੇ ਹਾਂ। ਬੈੱਡ ਬਣ ਕੇ ਰੈਡੀ ਹੋ ਗਿਆ ਆਪਣਾ। ਇਹ ਢੋਆ ਥੋੜ੍ਹੀ ਜਿਹੀ ਟੇਪਰ ਕਰਤੀ, ਵਿੱਚ ਪੱਤੀਆਂ ਲਾ ਦਿੱਤੀਆਂ ਆਪਾਂ ਇਹਦੇ ਢੋ ਦੇ ਉੱਤੇ, ਕੁਛ ਵੀ ਦੱਸ ਸਕਦਾ। ਅਗਲੀ ਵੀਡੀਓ ਲਈ ਫਿਰ ਮਿਲਦੇ ਆਪਾਂ, ਥੈਂਕ ਯੂ।